मेरा नाम गुरभजन सिंह चब्बा जी, किसान मजदूर संघर्ष कमेटी का सूबा दफ्तर सकत्र। अज असी अमृतसर के गोल्डन गेट के उत्ते जिहड़ा वा मोदी सरकार का पुतला फूक के जिहड़ी अग्निपथ योजना जिहड़ी फौज विच भर्ती के नाँ ते लिआंदी गई उहदा असी विरोध कीता वा, क्योंकि यह अग्निपथ योजना जिहड़ी आ 4 सालां वास्ते ये भर्ती आ नौजवानों की ठेकेदारी सिस्टम आ, यह पूरी तरह साडे देश के विरुद्ध आ, नौजवानों के विरुद्ध आ। इस करके असी इहदा विरोध कीता वा ते असी मंग की आ वी इस योजना नूं जिहड़ा सिरे तों जिहड़ा वा उह रद्द कीता जावे। साडे जिहड़ा देश के नौजवान आ जिहड़ा इहनां नूं पूरी तरह जिस तरह पहलों भर्ती प्रक्रिया सीगी उस तरह वह लागू की जाए, तो अपनी उन्होंने जिहड़ी नौकरी आ पूरी करके जिहड़ा वा उह फिर उन्होंने रिटायरमेंट उन्हां नूं उस तरह जिहड़ा वा उह सेवावां दा लाभ मिले, क्योंकि उन्हां दीआं सेवावां वी जिहड़ियां वा खत्म कीतियां जा रहियां वा ठेकेदारी सिस्टम करके। उन्हां नूं 4 सालां वास्ते रखा जा, 4 सालां दे विच कोई नौजवान पूरी तरह जिहड़ा वा कामयाबी हासिल नहीं कर सकता, क्योंकि मोदी सरकार की जिहड़ी साजिश आ घिनौनी हरकत आ वी इह देश की जिहड़ी आ फौज आ जिहड़ी रीढ़ की हड्डी हुंदी इहनूं कमजोर करके ते देश नूं जिहड़ा वा दुश्मन देशां दे कोल जिहड़ा वा उह वेच देणा वा, उहनूं कमजोर करना वा। इस करके कारपोरेटां दी नीति आ जिहड़ी उह लागू कर रहे आ, जिहनूं असीं कदाचित वी जिहड़ा बर्दाश्त नहीं करांगे। ਮੋਦੀ ਸਰਕਾਰ ਕਹਿੰਦੀ ਹੈ ਖਾਲੀ ਟ੍ਰੇਨਿੰਗ ਹੈਗੀ 4 ਸਾਲ ਦੀ, ਜੇ ਚਾਹੇ ਤਾਂ ਕੋਈ ਲੱਗ ਸਕਦੀ ਹੈ ਰੈਗੂਲਰ ਹੋ ਸਕਦੀ ਹੈ। ਇਹ ਬਿਲਕੁਲ ਜੀ ਇਹਨਾਂ ਦੀਆਂ ਗੱਲਾਂ ਦੇ ਵਿੱਚ ਜਿਹੜਾ ਵਾ 100% ਝੂਠ ਆ, ਕਿਉਂਕਿ ਜਦੋਂ ਲੋਕਾਂ ਦਾ ਦਬਾਅ ਪੈਂਦਾ ਤੇ ਆਪਣੇ ਬਿਆਨ ਬਦਲਦੇ ਆ। ਆ ਪਹਿਲੀ ਵਾਰ ਆ ਜਿਹੜੀ ਦੇਸ਼ ਦੇ ਜਿਹੜਾ ਸੈਨਾਵਾਂ ਦੇ ਮੁਖੀ ਆ ਉਹਨਾਂ ਕੋਲੋਂ ਜਿਹੜਾ ਅੱਗੇ ਲਾ ਕੇ ਇਹਦਾ ਬਿਆਨ ਕਰਵਾ ਰਹੇ ਆ, ਇਹ ਬਿਲਕੁਲ ਜਿਹੜਾ ਵਾ ਗਲਤ ਬਿਆਨਬਾਜ਼ੀ ਕਰ ਰਹੇ ਆ। 4 ਸਾਲ ਬਾਅਦ ਜਿਹੜਾ ਵਾ ਸਾਡੇ ਨੌਜਵਾਨਾਂ ਨੂੰ ਜਿਹੜਾ ਇਹ ਰਿਟਾਇਰਮੈਂਟ ਜਿਹੜੀ ਆ ਉਹ ਦੇ ਦੇਣਗੇ, ਤੋਂ ਪਹਿਲਾਂ ਵਾਂਗੂ ਜਿਹੜਾ ਉਹ ਬੇਰੁਜ਼ਗਾਰ ਰਹਿਣਗੇ। 16-17 ਸਾਲ ਤੋਂ ਭਰਤੀ ਤੋਂ ਕਰਕੇ ਉਹ 21 ਸਾਲ ਦੇ ਵਿੱਚ ਜਿਹੜਾ ਘਰਾਂ 'ਚ ਆ ਜਾਣਗੇ, ਜਦਕਿ 21 ਸਾਲ ਤੱਕ ਜਿਹੜਾ ਉਹ ਭਰਤੀ ਹੋ ਕੇ ਤੋਂ ਆਪਣੀ ਪੂਰੀ ਜਿਹੜੀ ਨੌਕਰੀ ਕਰਕੇ ਅਤੇ ਆਪਣਾ ਜੀਵਨ ਨਿਭਾਰ ਕਰਦੇ ਆ, ਆਪਣਾ ਪਰਿਵਾਰ ਪਾਲਦੇ ਆ, ਅਤੇ ਉਹਨਾਂ ਦਾ ਜਿਹੜਾ ਵਾ ਰੁਜ਼ਗਾਰ ਉਹਨਾਂ ਦਾ ਉਹ ਸਾਰਾ ਤਰ੍ਹਾਂ ਜਿਹੜਾ ਵਾ ਇਹ ਮੋਦੀ ਸਰਕਾਰ ਜਿਹੜੀ ਖਤਮ ਕਰ ਰਹੀ ਆ। ਇਸ ਕਰਕੇ ਅਸੀਂ ਇਹਦੀ ਨਿੰਦਾ ਵੀ ਕਰਦੇ ਹਾਂ ਅਤੇ ਪੂਰੀ ਤਰ੍ਹਾਂ ਇਹਦੇ ਖਿਲਾਫ਼ ਅਸੀਂ ਲੜਾਂਗੇ, ਆਪਣੇ ਦੇਸ਼ ਦੇ ਨੌਜਵਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਅਤੇ ਉਹਨਾਂ ਦੇ ਹਿੱਤ ਜਿਹੜੇ ਆ ਬਚਾਵਾਂਗੇ। ਮੇਰਾ ਨਾਮ ਹੈ ਨਾਇਕ ਨਾਇਕ ਤਸਵੀਰ ਸਿੰਘ, ਸਾਬਕਾ ਸੈਨਿਕ ਸੰਘਰਸ਼ ਕਮੇਟੀ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ। ਇਹ ਜਿਹੜਾ ਅੱਜ ਅਸੀਂ ਮੋਦੀ ਦਾ ਅਰਥੀ ਫੂਕ ਨਜ਼ਾਰਾ ਕੀਤਾ ਆ, ਇਹ ਜਿਹੜੇ ਅਗਨੀਪਥ ਯੋਜਨਾ ਲੈ ਕੇ ਆਏ ਆ, ਅਸੀਂ ਕਹਿੰਦੇ ਵੀ ਇਹ ਯੋਜਨਾ ਨੂੰ ਰੱਦ ਕਰੋ ਅਤੇ ਰੈਗੂਲਰ ਭਰਤੀ ਜਿਸ ਤਰ੍ਹਾਂ ਪਹਿਲਾਂ ਚੱਲਦੀ ਉਹਨੂੰ ਸ਼ੁਰੂ ਕਰੋ। ਇਹ ਜਿਹੜੀ ਅਗਨੀਪਥ ਯੋਜਨਾ 4 ਸਾਲ ਦੀ ਸਕੀਮ ਲੈ ਕੇ ਆ ਰਹੇ ਆ, ਬਹੁਤ ਹੀ ਘਾਤਕ ਹੈਗੀ ਆ, ਕਿਉਂ ਮੈਂ ਇੱਕ ਦੇਸ਼ ਦੇ ਫੌਜ ਦੇ ਵਿੱਚ ਪਹਿਲਾਂ ਸੇਵਾ ਨਿਭਾ ਚੁੱਕਾ ਹਾਂ, ਸਾਨੂੰ ਪਤਾ ਆ ਕਿ 4 ਸਾਲ ਜਿਹੜੀਆਂ ਸੇਵਾ ਕਰਨ 'ਚ ਬੰਦਾ ਕਰ ਰਿਹਾ ਆ ਉਹਦੇ ਮਨੋਬਲ 'ਤੇ ਬਸ ਇਹੋ ਹੀ 24 ਘੰਟੇ ਤਾਰ ਲਟਕਦੀ ਰਹਿਣੀ ਆ ਕਿ ਮੈਂ ਕਦੋਂ ਮੇਰੀ ਨੌਕਰੀ ਪੂਰੀ ਹੋ ਜਾਣੀ, ਮੈਂ ਘਰ ਚੱਲ ਜਾਣਾ, ਮੈਂ ਉੱਥੇ ਜਾ ਕੇ ਕੀ ਕਰੂੰਗਾ। ਅਗਰ ਇਹ ਬਾਕੀ ਮੈਂ ਪੁੱਛਣਾ ਚਾਹੁੰਦਾ ਸਰ, ਫੌਜ ਦੇ ਜਨਰਲ ਜਿਹੜੇ ਤਿੰਨੇ ਉਸ ਦਿਨ ਬੋਲ ਰਹੇ ਸੀ ਵੀ 25% ਅਸੀਂ ਰੱਖਾਂਗੇ, 33% ਜਿਹੜਾ ਹੈਗਾ ਉਹਨਾਂ ਦੇ ਘਰਾਂ 'ਚ ਕੁੱਤਾ ਘੁਮਾਉਣ ਦਾ ਘਰਾਂ ਦੇ ਕੰਮ ਹੀ ਕਰ ਰਹੇ ਆ, ਅਤੇ 10% ਉਹਨਾਂ ਦਾ ਆਪਣਾ ਕੋਟਾ ਨਹੀਂ ਪੂਰਾ ਹੋਣਾ, ਬਾਕੀ ਜਿੰਨੇ ਮੰਤਰੀ MLA ਆ ਜਾਂ ਫੌਜ ਦੇ ਅਫਸਰ ਆ ਉਹ ਆਪਣਾ ਇੱਕ ਇੱਕ ਬੱਚਾ ਇਹ ਅਗਨੀਪਥ ਯੋਜਨਾ ਦੇ ਵਿੱਚ ਭਰਤੀ ਕਰਾਉਣ ਸਿਪਾਹੀ ਤੌਰ 'ਤੇ, ਅਤੇ ਸਾਨੂੰ ਵੀ ਕੋਈ ਪ੍ਰੋਬਲਮ ਨਹੀਂ ਆ ਉਹਨਾਂ ਵਾਸਤੇ, ਜੇ ਅਗਨੀਪਥ ਯੋਜਨਾ ਸਹੀ ਆ ਅਤੇ ਉਹਨਾਂ ਦਾ ਬੱਚਾ ਸਹੀ ਹੋ ਜੂ ਉਹਨਾਂ ਨੂੰ ਪਤਾ ਲੱਗ ਜੂਗਾ। ਬਾਕੀ ਇੱਕ BJP ਦਾ ਮੰਤਰੀ ਕਹਿੰਦਾ ਸੀ ਕਿ ਆਣ ਕੇ ਸਾਡੇ ਨਾ ਨੌਕਰੀ ਮਿਲੂ ਮੇਰਾ ਚੌਕੀਦਾਰ ਲੱਗ ਜਾਣਾ। ਮੋਦੀ ਸਾਹਿਬ ਨੂੰ ਪੁੱਛਣਾ ਚਾਹੁੰਦਾ, ਤੁਸੀਂ ਦੇਸ਼ ਦੀ ਵਰਦੀ ਪਾ ਕੇ ਕਹਿੰਦੇ ਬਾਰਡਰ ਦੇ ਵੀ ਦੇਸ਼ ਦਾ ਜਵਾਨ ਇੱਕ ਸ਼ਾਨ ਹੁੰਦਾ ਆ, ਅਤੇ ਚੌਕੀਦਾਰ ਖਿਲਾਰ ਕੇ ਇੱਕ ਦੇਸ਼ ਦੀ ਸ਼ਾਨ ਹੈ, ਚੌਕੀਦਾਰ ਖਿਲਾਰੋਗੇ ਆਣ ਕੇ ਉਹਨੂੰ 4 ਸਾਲਾਂ ਬਾਅਦ, ਇਹ ਮਨੋਬਲ 'ਤੇ ਬਹੁਤ ਗਹਿਰੀ ਚੋਟ ਵੱਜਣੀ ਆ, ਇਹ ਬਹੁਤ ਹੀ ਘਾਤਕ ਕਾਨੂੰਨ ਆ, ਮੈਂ ਕਾਨੂੰਨ ਨੂੰ ਸਿਰੇ ਤੋਂ ਖਾਰਜ ਕਰਦਾ। ਸਰਕਾਰ ਕਹਿੰਦੀ ਹੈ ਸਿਰਫ ਫੌਜ ਦੇ ਵਿੱਚ ਨਹੀਂ ਹੋਰ ਪੁਲਿਸ ਦੇ ਵਿੱਚ ਹੋਰ ਮਹਿਕਮਿਆਂ ਦੇ ਵਿੱਚ ਵੀ ਇਹ ਮੈਂ ਹੋਰ ਵੀ ਕਿਸੇ ਮਹਿਕਮੇ ਦੇ ਵਿੱਚ ਮੈਂ ਨਾ ਕਿਸੇ ਵੀ ਨਹੀਂ, ਜਿਸ ਤਰ੍ਹਾਂ ਪਹਿਲਾਂ ਤੋਂ ਰੈਗੂਲਰ ਭਰਤੀਆਂ ਚੱਲ ਰਹੀਆਂ ਉਹਨਾਂ ਨੂੰ ਉਸੇ ਤਰ੍ਹਾਂ ਬਰਕਰਾਰ ਰਹਿਣਾ ਦੇਣਾ ਚਾਹੀਦਾ ਜੀ। ਮੇਰੀ ਮੰਗ ਹੈ ਕਾਨੂੰਨ ਨੂੰ ਅਗਨੀਪਥ ਯੋਜਨਾ ਨੂੰ ਖਾਰਜ ਕਰੋ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸ਼ਾਂਤਮਈ ਪੂਰਵ ਧਰਨਾ ਅਣਮਿੱਥੇ ਸਮੇਂ ਲਈ ਦੇਵਾਂਗੇ ਜੀ।